ਕੁਛ ਨਹੀਂ, ਸਾਡੇ ਵਜ਼ੀਰ ਆਲਾ ਅੱਗੇ ਇਹੀ ਅਪੀਲ ਹੈ ਕਿ ਸਾਨੂੰ ਇਨਸਾਫ਼ ਚਾਹੀਦਾ, ਸਾਡੇ ਬੱਚੇ ਨਾਲ ਜ਼ੁਲਮ ਹੋਇਆ, ਬਹੁਤ ਜ਼ਿਆਦਾ ਹੋਈ ਉਹਦੇ ਨਾਲ, ਉਹਦਾ ਕਸੂਰ ਵੀ ਕੋਈ ਨਹੀਂ ਸੀ, ਸਾਨੂੰ ਆਪਣੇ ਬੱਚੇ ਬਸ ਇਨਸਾਫ਼ ਚਾਹੀਦਾ ਹੈ। ਮੈਂ ਸਾਰੀ ਹੱਥ ਜੋੜ ਕੇ ਵਜ਼ੀਰ ਆਲਾ ਅੱਗੇ ਅਪੀਲ ਹੈਗੀ ਹੈ ਕਿ ਸਾਡੇ ਬੱਚੇ ਨੂੰ ਇਨਸਾਫ਼ ਚਾਹੀਦਾ, ਉਹਦੀਆਂ ਭੈਣਾਂ ਨੂੰ ਇਨਸਾਫ਼ ਚਾਹੀਦਾ ਹੈਗਾ ਕਿ ਸਾਡੇ ਬੱਚੇ ਨਾਲ ਜ਼ੁਲਮ ਕਿਉਂ ਕੀਤਾ ਗਿਆ, ਕਿਸ ਵਜ੍ਹਾ ਤੋਂ ਕੀਤਾ ਗਿਆ, ਕਿਸ ਬਿਨਾਹ 'ਤੇ ਕੀਤਾ ਗਿਆ। ہمارا بچہ نا بے قصور قتل ہویا ہے، اس کے پاپا بمبار ہیں، چار بہنیں نے، اس کا کون سہارا بنے گا، اس کو کون دے گا، انہوں کما کے کون کھوانے والا ہے، وہ اس کا پاپا تو بمبار ہے، دوائی لیاتا ہے، دوائی لینے گیا ہے تو اس کو پتہ لگا ہے، وہ اتھے گش کھا کے ڈگ گیا کہ میرے بیٹے نال کیا بن گیا، اسی سانو گھر پتہ لگا اسی ادھر نس پائے ساڈے بھائی نال کیا ہو گیا، ਇਹਨਾਂ ਨੇ ਫੜ ਕੇ ਕਤਲ ਕਰਕੇ ਜਰੀ ਕੋਈ ਗੱਲ ਤੋਂ ਬੇਮਲੂਮੀ ਗੱਲ ਸੀ, ਕੋਈ ਗੱਲ ਸੀ ਜੇ ਉਸਨੇ ਉਸਕੇ ਮਾਮੀ ਕੋ ਕਿਹਾ ਗਿਆ ਹੈ ਤੇ ਉਹਨਾਂ ਨੇ ਵਗੈਰਾ ਉਤੋਂ ਰਸਤੇ ਮੈਂ ਫੜ ਕੇ ਕਤਲ ਕਰ ਦਿੱਤਾ, ਇਤਨੇ ਇਤਨੇ ਹਥਿਆਰ ਮਾਰੇ ਨੇ, ਬੇਜ਼ੁਲਮ ਕੀਤਾ ਹੈਗਾ ਨੇ, ਬੇਦਰਦ ਹੋ ਕੇ ਉਹਨਾਂ ਨੇ ਮਾਰੇ ਹੋਏ ਨੇ। ਸਰ ਦਰਖਵਾਸ਼ ਹੈ ਕਿ ਮੈਂ ਸੁਲੇਮਾਨ ਦਾ ਚਾਚੂ ਹਾਂ, ਸੁਲੇਮਾਨ ਕੰਮ ਕਰਨ ਅਤੇ ਕਾਬਲੇ ਤਲੀਮ ਹੋਇਆ ਹੈ ਅਤੇ ਮੇਰਾ ਵੀ ਇਹ ਦਿਲ ਖੁਸ਼ ਹੋਇਆ ਕਿ ਮੇਰੇ ਭਰਾ ਦਾ ਸਹਾਰਾ ਹੋ ਗਿਆ ਹੈ, ਅਸਲ ਮੇਰਾ ਭਾਈ ਹੈ, ਮੇਰੇ ਤਾਊ ਦਾ ਬੇਟਾ ਹੈ ਅਤੇ ਸੁਲੇਮਾਨ ਬਹੁਤ ਕਾਬਲੇ ਤਲੀਮ ਬੱਚਾ ਥਾ ਔਰ ਮਾਂ ਬਾਪ ਸੇ ਇਹ ਵਾਅਦਾ ਕਰਤਾ ਥਾ ਕਿ ਮੈਂ ਆਪਣੀ ਭੈਣੋਂ ਕੋ ਛੋਟੇ ਭਾਈ ਕੋ ਮੁਕੰਮਲ ਤੌਰ ਸਿਰੇ ਚਾੜੂੰਗਾ ਅਤੇ ਇਨ ਲੋਕੋ ਨੇ ਛੋਟੀ ਸਾਜਿਸ਼ ਕੇ ਸਾਥ ਉਨ ਚਾਰ ਬਹਿਣੋ ਔਰ ਬੂੜੇ ਮਾਂ ਬਾਪ ਕਾ ਸਹਾਰਾ ਛੀਨਾ। ਇੱਕ ਭਾਈ ਉਸਕਾ ਛੋਟਾ ਹੈ ਜੋ ਪੜ੍ਹਤਾ ਹੈ, ਇਹ ਆਪਣਾ ਕਾਮ ਕਰਤਾ ਥਾ, ਸੁਬਹ 8 ਵਜੇ 9 ਵਜੇ ਕਾਮ ਪੇ ਚਲਾ ਜਾਤਾ ਥਾ ਔਰ ਰਾਤ ਕੋ 8-9 ਵਜੇ ਕਾਮ ਸੇ ਆਤਾ ਥਾ, ਆਪਣੇ ਕਾਮ ਮੇਂ ਮਸਰੂਫ ਬੱਚਾ ਰਹਿਤਾ ਥਾ। ਤੋ ਇਨ ਲੋਕੋ ਨੇ ਨਾ ਨਿਹੱਤਾ ਔਰ ਗਰੀਬ ਸਮਝ ਕਰ ਇਨ ਲੋਕੋ ਨੇ ਆਪਣੇ ਪੈਸੇ ਕੇ ਜ਼ੋਰ ਸੇ ਸਮਝ ਕਰ ਕਿ ਹਮ ਤਾਕਤਵਰ ਹੈ, ਯੇ ਗਰੀਬ ਹੈ ਅਤੇ ਇਸਨੇ ਹਮਕੋ ਆਪਣੀ ਮਾਮੀ ਕੋ ਗਲਤ ਗਾਲ ਆਖਨੇ ਪਰ ਹਮਕੋ ਟੋਕਾ ਰੋਕਾ ਕਿਉਂ ਲਿਆਦਾ, ਹਮ ਇਸਕੋ ਮਾਰ ਪੀਟ ਕਰਕੇ ਇਸਕੋ ਮਾਰ ਦੇਤੇ ਹੈ, ਧੋਖੇ ਸੇ ਬੱਚੇ ਕੋ ਘਰ ਸੇ ਲਦਾ ਕਰ ਕਿ ਹਮ ਇਸਕੇ ਸਾਸੁਲਾ ਕਰ ਲੈਤੇ ਹੈ, ਜੋ ਮੂੰਹ ਮਾਰੀ ਹੋਈ ਉਸਕੋ ਛੋੜ ਕਰ ਅਤੇ ਹਮ ਆਪਣੀ ਸੁਲਾ ਸਫਾਈ ਸੇ ਰਹੇ ਯਹਾਂ ਪਰ, ਇੱਕ ਮਹੱਲੇ ਕੀ ਬਾਤ ਥੀ। ਤੋ ਮਾਰਕੀਟ ਮੇਂ ਲਿਜਾ ਕਰ ਬੱਚੇ ਕੋ ਬੇਰਹਿਮੀ ਸੇ ਅਧਾਰ ਮਾਰ ਮਾਰ ਕਰ ਉਸਕਾ ਕਤਲ ਕਰ ਦਿਆ। ਮੇਰੇ ਬੱਚੇ ਕੋ ਇਨਸਾਫ਼ ਦਿਆ ਜਾਏ, ਮੇਰੀ ਵਜ਼ੀਰ ਆਜ਼ਮ ਸੇ ਰਿਕਵੈਸਟ ਅਰਜ਼ ਹੈ ਕਿ ਮੇਰੇ ਬੱਚੇ ਕੋ ਜੋ ਹੈ ਨਾ ਵੋ ਨਜਾਇਜ਼ ਮਾਰਾ ਗਿਆ, ਮੇਰੇ ਬੱਚੇ ਕੋ ਜੋ ਹੈ ਨਾ ਇਨਸਾਫ਼ ਚਾਹੀਏ, ਮੁਝੇ ਇਨਸਾਫ਼ ਚਾਹੀਏ, ਕੋਈ ਸੁਲਾ ਸਫਾਈ ਵਾਲਾ ਮੈਨੇ ਕਾਮ ਨਹੀਂ ਕਰਨਾ, ਤੋ ਮੈਨੇ ਜੋ ਹੈ ਨਾ ਵੋ ਇਨਸਾਫ਼ ਨਹੀਂ, ਇਨਸਾਫ਼ ਚਾਹੀਦਾ ਮੁਝੇ, ਜਹਾਂ ਤੱਕ ਵੀ ਜਾਣਾ ਪੜਾ ਨਾ ਤੋ ਮੈਂ ਪਹੁੰਚ ਜਾਊਂਗੀ, ਮੁਝੇ ਇਨਸਾਫ਼ ਚਾਹੀਏ। ਹਮਾਰੀ ਵਜ਼ੀਰ ਆਜ਼ਮ ਸੇ ਯਹੀ ਅਪੀਲ ਹੈ, ਹਾਥ ਜੋੜ ਕੇ ਉਨਸੇ ਯਹੀ ਅਪੀਲ ਹੈ ਕਿ ਹਮਾਰੇ ਭਾਈ ਕੋ ਜੋ ਹੈ ਨਾ ਇਨਸਾਫ਼ ਚਾਹੀਏ, ਹਮੇ ਕੋਈ ਸੁਲਾ ਸਫਾਈ ਨਹੀਂ ਚਾਹੀਏ, ਹਮਾਰੇ ਭਾਈ ਕੋ ਇਨਸਾਫ਼ ਚਾਹੀਏ। یہاں محلے دار موجود ہیں، خواتین بھی ہیں، مرد حضرات بھی ہیں کہ جو اس علاقے میں کافی عرصے سے موجود ہیں، اور سلیمان انہی کے درمیان پلا بڑا جوان ہوا، ظاہر ہے کہ جو زبان خلق ہوتی ہے یا جو محلے دار ہوتے ہیں وہ خصوصی طور پہ آپ لوگوں کو جانتے ہیں کیونکہ وہ آپ کو مانیٹر کر رہے ہوتے ہیں، وہ آپ کے ساتھ معاملات نبھا رہے ہوتے ہیں اور آپ ان کے ساتھ معاملات نبھا رہے ہوتے ہیں، تو محلے داروں سے بہتر آپ کو کوئی نہیں جانتا۔ خواتین بھی یہاں پر موجود ہیں، ادھر ہی رہتی ہیں آپ؟ جی
تو یہ سلیمان کی کبھی کوئی لڑائی جھگڑا کیا ہوا, زیادتی ہوئی ہے ان کے ساتھ؟ ہاں جی زیادتی, بہت زیادہ زیادتی ہوئی ہے. بہت اچھا تھا, کبھی لڑائی جھگڑا نہیں تھا, بہت اچھا بچہ تھا. کبھی نہیں ہم نے دیکھا کہ گھر سے باہر نکل رہا ہے, کہیں ادھر ادھر جا رہا. بہت ہی اچھا, ان کو انصاف چاہیے. آپ بھی یہیں پہ رہتی ہیں؟ ہاں جی. کتنے عرصے سے رہ رہی ہیں اس محلے میں؟ ہو گئے 8-9 سال ادھر رہتے ہیں. وہ بہت اچھا بچہ تھا, پہلے تو پڑھتا رہا, اب وہ کام پہ گیا ہے. بہت اچھا بچہ تھا, کبھی کسی کے ساتھ وہ کہیں کوئی بات ہی نہیں کرتا تھا. بہت اچھا, کبھی کوئی لڑائی جھگڑا نہیں کرتا تھا, بہت اچھا تھا. لیکن انہوں نے بے فضول ان کو قتل کر دیا. بے فضول. آپ بھی یہیں پہ رہتے ہیں؟ جی یہاں پہ رہتے ہیں. تو وہ جنہوں نے قتل کیا قاتل بھی یہیں پہ رہتے ہیں؟ جی یہیں رہتے ہیں. تو ان کی بھی لڑائی جھگڑا ہوتا ہے پہلے کبھی, یا ان کا کوئی دیکھا آپ نے, سنا ہے کبھی انہوں نے بھی لڑائی جھگڑا کیا ہو سلیمان کی, اس کی کبھی لڑائی ہوئی؟ نہیں پہلے کبھی نہیں سنا, یہ پہلے ہی سنا ہے. تو سلیمان اسی محلے میں رہتا تھا؟ جی یہیں. آپ کے سامنے ہی مطلب وہ اتنا بڑا ہوا ہے؟ جی. کبھی کوئی لڑائی جھگڑا؟ کبھی کوئی لڑائی جھگڑا نہیں ہوا. آپ بھی یہیں بھی رہتی ہیں؟ جی ماڑا بھرا ہے, تو کوئی بچہ صحیح سی, بالکل ٹھیک سی, بس انہوں نے قتل کر دی ہے, بے گناہ مار دیا. آپ کیا کہیں؟ بالکل جس طرح ہی ہے, انہیں انصاف صحیح ہے. وہ بچہ بہت لائق تھا, ان کی والدہ نے بہت محنت کر کے ان کو پڑھایا بھی تھا, محنت کر کے پالا تھا. بہت برا ہوا ان کے ساتھ, یہی کہیں گے تو انہیں انصاف ملے. ہاں جی ان کے ساتھ بہت زیادہ ظلم ہوا ہے, اور یہ نہایت ہی شریف لوگ ہیں. ان کے ساتھ ان کی کبھی بھی کسی کے ساتھ کوئی دشمنی, کوئی لڑائی جھگڑا نہیں. سلیمان کا بھی کسی کے ساتھ کوئی لڑائی جھگڑا کبھی نہ دیکھا نہ سنا, اتنے سال سے ہم رہتے ہیں. تو ہماری یہی درخواست ہے چیف جسٹس سے بھی اور وزیر اعظم سے بھی کہ ان کو انصاف دیں, پلیز ان کو انصاف دیں. ٹھیک ہے. یہاں پر کچھ لوگ اور موجود ہیں جو بچے بھی ہیں, ظاہر ہے یہیں پہ رہتے ہیں, اور جو لوگ مرد ہیں وہ بھی اسی محلے میں. آپ یہیں پہ رہتے ہیں جی؟ جی سر. جو جانتے تھے سلیمان کو؟ جی جانتے تھے. کتنا جانتے تھے؟ کافی حد تک جانتے ہیں سلیمان کو. اچھا تو کیا ہوا یہ واقعہ؟ آپ سمجھتے ہیں کہ یہ وہ جو دو لڑکے ہیں جو جنہوں نے قتل کیا فرنیچر والے, جی جی, ان کا پہلے بھی کوئی لڑائی جھگڑا ہوا تھا سلیمان کے ساتھ یا نہیں؟ نہیں نہیں کبھی ایسا جھگڑا نہیں ہم نے سنا, نہ کوئی نظر آیا ایسا کوئی جھگڑا. بس یہی تھا کہ وہ کام پہ جا رہا تھا, تو اس کی جو مامی تھی وہ آ رہی تھی گھر ادھر, تو رستے میں دیکھا ان کی وہ چھیڑ چھڑائیا, تو وہ انہوں نے سمجھایا اسی لیے جب وہ لڑائی جھگڑا ہوا ان کا. باقی یہی ہے کہ ان کو انصاف چاہیے, ان کے ساتھ زیادتی ہوئی ہے, یہ غریب بندے ہیں, انصاف چاہیے بس. آپ بھی یہ رہتے ہیں؟ ہاں جی میں بھی یہ رہتا ہوں. میں جی اتھے ہی رہنا. بہت اچھا منڈا سی, میرے ہتھاں دے وچ پلیا بچہ, آج تک کسی دے نال کوئی انہیں زیادتی نہیں کی. چھوٹا جہا بچہ میرے بچیاں دے نال تے کھیڈدا سی, کوئی بھی کدی کسی دے نال محلے دے وچ ہر ایک نو, یعنی کہ بیبیاں سی کسی نے کہنا بھی آ سودا لیا دے, انہیں جا کے تو لیا دینا. کوئی بھی کدی اج تک کوئی ایسا مسئلہ نہیں ہویا, بس ہے واقعہ ہو گیا. بڑا افسوس, بہت افسوسناک واقعہ جی, بہت ہی. انہاں دا سہارا سی, وڈے دا چار دیاں بھیناں نے, ایک دا چھوٹا جا بھائی ہے, تے والد دا انہاں صاحب کولوں بھی بہت ہی غریب آدمی بیمار رہندا ہے, اوندے کولوں تے کوئی کام نہیں ہوندا پیا. لہٰذا اسی سارے جنے کہنے ہاں بھی انہوں نے انصاف ہونا چاہیے, انصاف ملنا چاہیے. جی السلام علیکم, میں ان کا بھائی ہوں, اور وہ نا میرا بھائی کام سے آ رہا تھا, تو انہوں نے پکڑ کے اس پہ نا ایسے ایسے مار دیا, اس کے کنجر سے مارا, اتنی شدید اوزار سے مارا, اتنا تیز, اور ہمیں اس چیز کا انصاف چاہیے. اصل میں وہ ہمارے محلے میں رہتا ہے, بالکل ہمارا بچہ ہے اور بیٹوں جیسا ہے. ان لوگوں کا پہلے بھی ان کے محلے میں یہ پہلے دو دفعہ واقعہ ہو چکا ہے, ان نے اپنے محلے میں پہلے دو دفعہ یہی کچھ دو تین ماہ کے پیچھے ان نے یہ حرکت کی. وہ فرنیچر والے جو ہیں؟ ہاں جی وہ فرنیچر والے, ٹھیک ہے. اس کے بعد عزت تو عزت ہی ہوتی ہے نا, چاہے کوئی غریب ہو چاہے کوئی امیر ہو. میں اس بات پہ حیران ہوں جو صدر ہے ریاض مغل مارکیٹ کا, میں اس کی نیچر پہ حیران ہوں کہ اگر اس کی کوئی عزت رستے میں جا رہی ہوتی تو اس کو کوئی چھیڑتا تو وہ کیا کرتا. وہ جو اب ان کے پیچھے پیروی کر رہا ہے, اوپر سے پولیس والے ان کو تھریٹ کر رہے ہیں, بار بار کال کر کے کہہ رہے ہیں کہ آپ آئیں آپ کی ہم کچھ مکاتے ہیں, آئیں آپ کی کچھ مکاتے ہیں. یہ پولیس والوں کا کیا مطلب ہے ان کو تھریٹ کرنا؟
क्योंकि वो तो एक महकमा है ना, उन्हें तो इंसाफ देना है तो, लेकिन इज्जत तो इज्जत ही है ना, भले किसी की भी हो, लेकिन ये बात अच्छी नहीं है। ठीक है, इनको इंसाफ मिलना चाहिए और इंशाल्लाह जो इनको धमकी देता है ना वो रुक जाएगा, क्योंकि ये इनके साथ हम पूरा मोहल्ला है, मोहल्ला क्या ये पूरा इलाका है इनके साथ। इनको तो हमने कहा आप सिर्फ हुक्म करें, आर्डर करें क्या करना है, कि 6-7 दिन हो गए हैं, मैं उस जज पे हैरान हूँ कि जिसने, अब मैं हूँ जब मैं किसी को अभी कत्ल कर दूँ इसका मतलब है सुबह जाके मैं टैरम करा लूँ, ये तो कोई बात ना हुई कि भाई बंदा मार के जाए तो टैरम करा ले, ये कौन सा कानून है। अब जो जज साहबान है उनको भी सोचना चाहिए थोड़ा सा कि यार ये बंदा अगर बेल करा रहा है इसने क्या किया, क्योंकि वकील होता है साथ जब बेल देता है, लेकिन उसको भी चाहिए कि कुछ थोड़ा सा ख्याल करन इवाम का जो है ना। आप भी यहीं पर रहते हैं? जी मैं उसका चचाजाद भाई हूँ, चचा का बेटा। ये वाक्य क्या हुआ था आप यहीं पर? जी वो अपने बहनों का भाई था और कुछ बद अखलाक लोगों ने उनको ना कत्ल किया, कत्ल इस तरीके से किया कि वो बच्चा सुबह काम के वक्त जा रहा था तो कुछ चंद लोगों ने ना उसकी ममानी को छेड़ा, उस पर रोकने की वजह से मंसूबा बनाकर उसी अगले दिन शाम के वक्त टोकों से और जो औजार इस्तेमाल किए जाते हैं बनाने के लिए, फर्नीचर वगैरह बनाने के लिए, फर्नीचर मार्केट में उन्होंने उसको कत्ल कर दिया। उसकी 4 बहनें और उसके बूढ़े माँ बाप हैं, उनको इंसाफ देना चाहिए। अभी अभी उसके माँ बाप बूढ़े हैं, बाप भी उसका जो है बीमार रहता है, अभी अपने माँ बाप का सहारा बना था तो उन्होंने उसको कत्ल कर दिया। और हमारी वज़ीर आज़म इमरान ख़ान से अपील है, वज़ीर कानून से भी अपील है कि हमें इंसाफ दिलाया जाए। जी मेरे चाचू का बेटा था, ज्यादा हुई हमारे साथ, मेरे मरे भाई को मार दिया उन्होंने, हमें इंसाफ चाहिए। ठीक है नाज़रीन, ये पूरा मोहल्ला जो है वो यहाँ पे मौजूद है, ख़वातीन भी मौजूद हैं, रिश्तेदार भी मौजूद हैं, इसके साथ साथ जो दूसरे यहाँ पर फैमिली मेम्बर्स हैं उनकी जानिब से भी ये कहा गया कि उनके साथ ज्यादती हुई है। पूरा मोहल्ला और ये लोग जिनमें सुलेमान जो है वो पला बढ़ा और यहाँ पे खेला कूदा, एक एक चीज़ से उसकी वाकिफ़ है कि सुलेमान की जानिब से ज्यादती नहीं की, सिर्फ बीमारी को छेड़ा गया, चूँकि घर की इज्जत होती है खातून और खातून को इस तरीके से राह चलते आप लोग नहीं छेड़ सकते, इस्लाम भी ममानत करता है और इसके साथ साथ आपको कानून भी रोकता है कि आप अच्छे शहरी उस वक्त तक नहीं बन सकते जब तक आपकी आंख में हया और इज्जत या शर्म नहीं होगी। तो इतनी सी बात को लेकर जो है वो अपनी अना बीच में लाए और अगले दिन उसको टोकों के वार करके कत्ल कर दिया। लोगों का कहना है कि ये फैमिली के साथ हैं, पूरा मोहल्ला फैमिली के साथ है, फैमिली को इंसाफ मिलना चाहिए। और पुलिस की जानिब से मैं हैरान हूँ कि थ्रेट क्यों किया जा रहा है, क्यों कहा जा रहा है कि आकर सुलह करें आप। पुलिस कौन होती है कहने वाली? पुलिस सिर्फ इन्वेस्टिगेशन करे और उसके बाद जो है वो अदालत को रिपोर्ट पेश करे, बजाय इसके कि जो फैमिली को बार बार इस बात पे आमादा करने की कोशिश करे कि आप आए आपकी सुलह करवाते हैं। इनको इंसाफ मिलना चाहिए और ये सब लोग इस बात पर मुत्तफिक हैं कि अगर इंसाफ ना मिला तो ये आखिरी हद तक जाएंगे। जुर्म अंजाम की पूरी टीम के साथ अपने मेजबान तारिक हफीज को इजाजत दीजिए, अल्लाह निगहबान।